ਕਈਆਂ ਦੀਆਂ ਰੂਹਾਂ ਅੱਜ ਵੀ ਉਸ ਪਿੰਡ ਵਾਲੇ ਬੋੜ ਵਿੱਚ ਵਸਦੀਆਂ ਨੇ, ਤਾਂ ਹੀ ਤਾਂ ਅੱਜ ਵੀ ਉਸਦੀ ਠੰਡੀ ਛਾਂ ਵਿੱਚ ਜ਼ਿੰਦਗੀ ਦੀਆਂ ਖੁਸ਼ਬੂਹਾਂ ਰਸਦੀਆਂ ਨੇ, ਤਾਂ ਹੀ ਤਾਂ ਅੱਜ ਵੀ ਉਸਦੀ ਠੰਡੀ ਛਾਂ ਵਿੱਚ ਜ਼ਿੰਦਗੀ ਦੀਆਂ ਖੁਸ਼ਬੂਹਾਂ ਰਸਦੀਆਂ ਨੇ। ਦੋਸਤੋ, ਅੱਜ ਪਹੁੰਚੇ ਹਾਂ ਜ਼ਿਲ੍ਹਾ ਮੋਗਾ ਦਾ ਪਿੰਡ ਢੁੱਡੀ ਕੇ, ਜਿੱਥੋਂ ਦੇ ਗਦਰੀ ਬਾਬੇ ਹੈੱਡਕੁਆਰਟਰ ਕਹਾਇਆ ਜਾਣ ਵਾਲਾ ਪਿੰਡ ਢੁੱਡੀ ਕੇ ਦੇ ਵਿੱਚ ਅਨੇਕਾਂ ਗਦਰੀ ਬਾਬੇ ਸ਼ਹੀਦ ਹੋਏ ਨੇ। ਇਸ ਤੋਂ ਇਲਾਵਾ ਲਾਲਾ ਲਾਜਪਤ ਰਾਏ ਪੰਜਾਬ ਕੇਸਰੀ ਇਸ ਪਿੰਡ ਦੇ ਨਾਨਕਾ ਪਿੰਡ ਤੋਂ ਸੀਗੇ, ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਇਸ ਪਿੰਡ ਤੋਂ ਹੋਏ ਨੇ। ਇਸ ਤੋਂ ਇਲਾਵਾ ਜਸਵੰਤ ਸਿੰਘ ਕੰਵਲ ਜੀ ਵੀ ਇਸ ਪਿੰਡ ਤੋਂ ਸੀਗੇ, ਜਿਹੜੇ ਕਿ ਪਿਛਲੇ ਸਮੇਂ ਚੜ੍ਹਾਈ ਕਰ ਗਏ। ਉਹਨਾਂ ਦੀਆਂ ਅਨੇਕਾਂ ਪੁਸਤਕਾਂ ਲਾਇਬ੍ਰੇਰੀਆਂ ਦੇ ਵਿੱਚ ਮੌਜੂਦ ਨੇ। ਇਸੇ ਹੀ ਪਿੰਡ ਦਾ ਨੌਜਵਾਨ ਸਿਕੰਦਰ, ਜਿਸ ਨੇ ਆਪਣੇ ਜੀਵਨ ਦੇ ਵਿੱਚ ਨਸ਼ਿਆਂ ਭਰੀ ਜ਼ਿੰਦਗੀ ਨੂੰ ਤਿਆਗ ਕੇ ਸੁਖਾਲਾ ਜੀਵਨ ਜਿਉਣ ਲਈ ਸੰਘਰਸ਼ ਕੀਤਾ ਅਤੇ ਮਾਊਂਟ ਐਵਰੈਸਟ ਵਰਗੀ ਚੋਟੀ 'ਤੇ ਜਾ ਕੇ ਨਿਸ਼ਾਨ ਸਾਹਿਬ ਚੜ੍ਹਾਇਆ। ਇਸੇ ਹੀ ਪਿੰਡ ਦੇ ਨਿਰਭੈ ਸਿੰਘ ਢੁੱਡੀ ਕੇ, ਜਿਨ੍ਹਾਂ ਨੇ ਕਿਰਤੀ ਕਿਸਾਨ ਯੂਨੀਅਨ ਰਾਹੀਂ ਕਿਸਾਨੀ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕੀਤਾ। ਇਸੇ ਹੀ ਪਿੰਡ ਦੇ ਕੰਵਲਜੀਤ ਸਿੰਘ ਢੁੱਡੀ ਕੇ, ਜਿਨ੍ਹਾਂ ਨੇ ਨਿਊਜ਼ ਦਿੰਦੇ ਹੁੰਦੇ ਸੀ ਜਲੰਧਰ ਦੂਰਦਰਸ਼ਨ ਚੈਨਲ ਤੋਂ ਅੱਜ ਤੋਂ ਕਈ ਸਾਲ ਪਹਿਲਾਂ। ਇੱਥੋਂ ਦੀ ਦੇਸ਼ ਭਗਤ ਸਪੋਰਟਸ ਕਲੱਬ ਨੇ ਬਹੁਤ ਸਾਰੇ ਪਲੇਅਰ ਦਿੱਤੇ ਅਤੇ ਮਹਿੰਦਰ ਸਿੰਘ ਮਹਿੰਦੀ ਵੱਲੋਂ ਬਹੁਤ ਸਾਰੇ ਪਲੇਅਰ ਪੈਦਾ ਕੀਤੇ ਗਏ ਪਿਛਲੇ ਸਮੇਂ ਦੌਰਾਨ। ਮਹਿੰਦਰ ਸਿੰਘ ਆਪ ਵੀ ਬਹੁਤ ਤਕੜੇ ਖਿਡਾਰੀ ਰਹੇ ਆ ਹਾਕੀ ਦੇ। ਢੁੱਡੀ ਕੇ ਪਿੰਡ ਨੇ ਬਹੁਤ ਸਾਰੇ ਖਿਡਾਰੀ ਪੈਦਾ ਕੀਤੇ, ਬਹੁਤ ਸਾਰੇ ਇਲਾਕੇ ਦੇ ਖਿਡਾਰੀ ਇੱਥੇ ਖੇਡਦੇ ਰਹੇ ਆ। ਇੱਥੋਂ ਦੇ ਭਾਵੇਂ ਫੁੱਟਬਾਲ ਦੀ ਗੇਮ ਹੋਵੇ, ਕਬੱਡੀ ਦੀ ਗੇਮ ਹੋਵੇ, ਕ੍ਰਿਕਟ ਦੀ ਗੇਮ ਹੋਵੇ, ਇੱਥੇ ਦੇ ਅਨੇਕਾਂ ਖਿਡਾਰੀ ਇਸ ਪਿੰਡ ਦੇ ਵਿੱਚ ਖੇਡ ਕੇ ਗਏ ਆ। ਇਲਾਕੇ ਦੇ ਖਿਡਾਰੀ ਵੀ ਇਸ ਪਿੰਡਾਂ ਦੇ ਵਿੱਚ ਆਨੰਦ ਖੇਡਾਂ ਨੂੰ ਮਾਣ ਕੇ ਗਏ ਆ, ਅਤੇ ਛੋਟੇ ਛੋਟੀ ਪਨੀਰੀ ਇੱਥੇ ਹਮੇਸ਼ਾ ਤਿਆਰ ਕੀਤੀ ਜਾਂਦੀ ਆ। ਇਸ ਪਿੰਡ ਦੀ ਮਿਹਨਤ ਦੇ ਸਦਕਾ 2016 ਦੇ ਵਿੱਚ ਐਸਟੋ ਟਰਫ ਦਾ ਉਦਘਾਟਨ ਹੋਇਆ, ਜੋ ਕਿ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਮਾਣ ਵਾਲੀ ਗੱਲ ਸੀ, ਅਤੇ ਪਿੰਡ ਢੁੱਡੀਕਿਆਂ ਦੇ ਵਿੱਚ ਇਸ ਬਹੁਤ ਸਾਰੀ ਮਿਹਨਤ ਤੋਂ ਬਾਅਦ ਇਹ ਐਸਟੋ ਟਰਫ ਲੱਗ ਕੇ ਕੰਪਲੀਟ ਹੋਈ। 2022 ਦੇ ਵਿੱਚ ਗਰਾਊਂਡ ਦਾ ਉਦਘਾਟਨ ਸਪੋਰਟਸ ਮੰਤਰੀ ਮੀਤ ਹੇਰ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਕੀਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਜੱਗੀ ਖਾਈ ਵਾਲਾ ਇਸ ਟਾਈਮ ਪਹੁੰਚੇ ਹਾਂ ਪਿੰਡ ਢੁੱਡੀਕੇ ਦੇ ਵਿੱਚ, ਡਿਸਟ੍ਰਿਕਟ ਮੋਗਾ ਦੇ ਵਿੱਚ। ਅਤੇ ਇੱਥੇ ਗਰਾਊਂਡ ਦੇਖ ਕੇ ਬਹੁਤ ਵਧੀਆ ਲੱਗ ਰਿਹਾ, ਜਵਾਕ ਨਰਮ ਦੇ ਟਾਈਮ ਵਧੀਆ ਖੇਡਦੇ ਆ, ਅਤੇ ਉਸ ਚੀਜ਼ ਨੂੰ ਅੱਜ ਇੱਥੋਂ ਦੇ ਪਲੇਅਰ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਗਰਾਊਂਡ ਕਦੋਂ ਅਤੇ ਕਿਵੇਂ ਬਣਿਆ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਬਾਈ। ਤੁਹਾਡਾ ਨਾਮ ਕੀ ਹੈ ਵੀਰ? ਮੇਰਾ ਨਾਮ ਹੈ ਵਿੱਕੀ। ਅੱਛਾ, ਖੇਡ ਪ੍ਰੇਮੀ ਵੀਰ, ਕਾਫੀ ਇੱਥੋਂ ਦੇ ਖੇਡ ਹਾਕੀ ਬਹੁਤ ਮਸ਼ਹੂਰ ਆ। ਅੱਛਾ, ਤੇ ਇੱਥੋਂ ਦੇ ਗਦਰੀ ਬਾਬੇ ਵੀ ਹੋਏ ਆ, ਤੇ ਇੱਥੇ ਇਹ ਗਰਾਊਂਡ ਕਦੋਂ ਬਣਿਆ ਵੀਰ? ਇਹ ਵੀਰੇ ਆ 26 ਜਨਵਰੀ ਨੂੰ ਜਦੋਂ ਆਪਣੇ ਇਹਦਾ ਲਾਜਪਤ ਰਾਏ ਦਾ ਮੇਲਾ ਹੁੰਦਾ, ਸਾਡੇ ਜਾਣੀ ਪਹਿਲਾਂ ਤੋਂ ਹੀ ਨਿਕਲੇ ਨੇ ਤੇ ਹੁਣ ਉਮੀਦ ਆ ਵੀ ਹੁਣ ਜ਼ਿਆਦਾ ਨਿਕਲਣਗੇ। ਸਾਡਾ ਸਮਰ ਚ ਹੁੰਦਾ ਵਾ, ਗਰਮੀਆਂ ਦਾ ਕੈਂਪ ਹੁੰਦਾ ਵਾ, ਤੇ ਬੱਚੇ ਸਾਡੇ ਤਕਰੀਬਨ 100+ ਹੁੰਦੇ ਆ, ਛੋਟੇ ਜਿਹਾ ਕਿਉਂਕਿ ਪੇਪਰ ਚੱਲਦੇ ਆ ਬੱਚੇ। ਸਹੀ ਗੱਲ ਆ, ਸਹੀ ਗੱਲ ਆ। ਤੇ ਤੁਹਾਨੂੰ ਇਹਨੇ ਇਹਦੇ ਲਈ ਇਹ ਗਰਾਊਂਡ ਮਤਲਬ ਪਿੰਡ ਦਾ ਜਾਂ ਇਹ ਕਿਸੇ ਜਗ੍ਹਾ ਦਾ? ਇਹ ਆਪਣਾ ਲਾਜਪਤ ਰਾਏ ਦੇ ਨਾਂ ਦੇ ਕਾਲਜ ਆ। ਅੱਛਾ, ਉਹਦਾ ਗਰਾਊਂਡ ਹੈ, ਉਹਦੇ ਵਿੱਚ ਬਣਿਆ। ਅੱਛਾ, ਗਰਾਊਂਡ ਦੇ ਵਿੱਚ ਮਤਲਬ ਤੁਹਾਨੂੰ ਕੋਈ ਬਾਹਰੋਂ ਸਪੋਰਟ ਜਾਂ ਕੀ ਉਹਦੀ ਇਹਦੇ ਚ ਵੀ ਲੋੜ ਹੁੰਦੀ ਹੈ ਤੁਹਾਨੂੰ? ਗਰਾਊਂਡ ਚ ਤਾਂ ਚਲੋ ਸਪੋਰਟ ਹੀ ਹੈ, ਜਿਵੇਂ ਸਾਡਾ ਕਲੱਬ ਆ ਦੇਸ਼ ਕਲੱਬ, ਉਹਦੇ ਵਿੱਚ ਸਾਡੇ NRI ਪਲੇਅਰ ਨੇ ਜੋ ਸਹਿਯੋਗ ਪਿੰਡ ਦੇ ਪ੍ਰੇਮੀ ਨੇ, ਉਹ ਸਾਰੇ ਸਹਿਯੋਗ ਕਰਦੇ ਨੇ ਸਾਨੂੰ ਟੀਮ ਚਲਾਉਣ ਦੇ ਵਿੱਚ, ਕੈਂਪ ਚਲਾਉਣ ਦੇ ਵਿੱਚ। ਤੁਹਾਡੇ ਕੋਈ ਇੰਟਰਨੈਸ਼ਨਲ ਪਲੇਅਰ ਹੋਇਆ ਕੋਈ ਨੈਸ਼ਨਲ ਲੈਵਲ ਤੇ? ਨੈਸ਼ਨਲ ਲੈਵਲ ਦੇ ਤਾਂ ਕਾਫੀ ਪਲੇਅਰ ਹੋਏ ਨੇ, ਉਮੀਦ ਆ ਵੀ ਹੁਣ ਇੰਟਰਨੈਸ਼ਨਲ ਵੀ ਹੋਣਗੇ। ਅੱਛਾ ਅੱਛਾ, ਜਿਵੇਂ ਕੋਈ ਇੱਥੋਂ ਜਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਉਂ ਖੇਡਦਾ ਹੋਵੇ, ਜਿਵੇਂ ਕੋਈ ਮਤਲਬ ਕੋਈ ਸਹਿਯੋਗ ਚੱਲਦਾ ਹੀ ਰਹਿੰਦਾ ਮਤਲਬ ਪਿੰਡ ਦੇ ਵੱਲੋਂ ਤੁਹਾਡੇ ਲਈ? ਹਾਂਜੀ, ਪਿੰਡ ਵੱਲੋਂ ਸਹਿਯੋਗ ਸਾਡਾ ਫੁੱਲ ਦਾ ਸਹਿਯੋਗ। ਅੱਛਾ ਅੱਛਾ, ਮਾਂ ਪਿਓ ਕਿਸੇ ਦੇ ਦਿੱਕਤ ਆਉਂਦੀ ਹੈ ਕੋਈ? ਨਹੀਂ, ਇਦਾਂ ਨਹੀਂ, ਕਿਸੇ ਦੀ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਸੌਟ ਆਊਟ ਕਰ ਲੈਂਦੇ ਹਾਂ ਅਸੀਂ। ਅੱਛਾ ਅੱਛਾ, ਹੋਰ ਕੋਈ ਨਵੀਂ ਗੱਲ ਕਹਿਣੀ ਚਾਹੁੰਦੇ ਹੋ ਪਲੇਅਰਾਂ ਲਈ? ਤੁਹਾਡੇ ਤਾਂ ਬਾਈ ਇਹੀ ਆ ਵੀ
ਵੱਧ ਤੋਂ ਵੱਧ ਜਿਵੇਂ ਵੀ ਆਪਣਾ ਖੇਡਾਂ ਵੱਲ ਲੱਗੋ ਕੋਈ ਵੀ ਖੇਡ ਆਇਆ ਨਹੀਂ ਕਿਉਂਕਿ ਨਸ਼ੇ ਤੋਂ ਬਚੋ ਬਚਾਂਗੇ ਜੇ ਰਹੋਗੇ ਸੇਮਗਤ ਸਹੀ ਰਹਿੰਦੀ ਹੁੰਦੀ ਹੈ ਹਾਂਜੀ ਇੱਕ ਬੰਦਾ ਜਦੋਂ ਨਾ ਟੀਮ ਨਾਲ ਜਾਂ ਖੇਡਦਾ ਵਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੁੰਦਾ ਸਹੀ ਗੱਲ ਹੈ ਉਹ ਜ਼ਿੰਦਗੀ ਦੇ ਵਿੱਚ ਤੁਹਾਡੇ ਕਦੇ ਨਾ ਕਿਤੇ ਕੰਮ ਹਰ ਜਗ੍ਹਾ ਕੰਮ ਆਉਂਦਾ ਸਹੀ ਹੈ ਤੇ ਬਸ ਇਦਾਂ ਹੀ ਆ ਵੀ ਇਹੀ ਚੀਜ਼ ਆ ਵੀ ਆਪਣਾ ਨਸ਼ਿਆਂ ਤੋਂ ਬਚੇ ਰਹੋ ਗਰਾਊਂਡਾਂ 'ਚ ਲੱਗੇ ਰਹੋ ਆਪਣੀ ਹੈ ਨਾ ਖੇਡਾਂ ਦੇ ਨਾਲ ਨਾਲ ਪੜ੍ਹਾਈ ਵੀ ਜ਼ਰੂਰੀ ਆ ਸਹੀ ਹੈ ਕਿਉਂਕਿ ਬੁੱਕਤ ਫੇਰ ਹੀ ਨੌਕਰੀ ਵਗੈਰਾ ਫੇਰ ਹੀ ਮਿਲਣੀ ਹੈ ਜੇ ਤੁਸੀਂ ਪੜ੍ਹਾਈ ਵੀ ਕੀਤੀ ਸਹੀ ਹੈ ਸਹੀ ਹੈ ਤੁਸੀਂ ਖੇਡ ਤੁਸੀਂ ਕਿਹੜੀ ਲੈਵਲ ਤੇ ਖੇਡਦੇ ਹੋ ਵੀਰੇ ਮੈਂ ਵੀਰੇ ਹੁਣ ਤਾਂ ਚਲੋ ਵੈਸੇ ਹੀ ਖੇਡਦਾ ਸੀ ਤੇ ਮੈਂ ਆਪਣਾ ਇੰਟਰ ਕਾਲਜ ਵਗੈਰਾ ਖੇਡਿਆ ਹੋਇਆ ਵਾ ਹਾਕੀ ਪਲੇਅਰ ਅੱਛਾ ਇੰਟਰ ਕਾਲਜ ਖੇਡਿਆ ਹੋਇਆ ਆ ਡਿਸਟ੍ਰਿਕਟ ਜਾਂ ਸਟੇਟ ਤੱਕ ਗਏ ਹੋਏ ਆ ਜਾਂ ਹਾਂਜੀ ਡਿਸਟ੍ਰਿਕਟ ਵਗੈਰਾ ਖੇਡੀ ਆ ਸਕੂਲ 'ਚ ਤੇ ਮੈਂ ਗੋਲਕੀਪਰ ਸੀ ਕਿਉਂਕਿ ਤੁਹਾਨੂੰ ਪਤਾ ਹੋਵੇ ਹਾਂ ਕਾਫੀ ਇਹਦੇ 'ਚ ਕਿੰਨਾ ਕੁ ਖਰਚਾ ਆ ਜਾਂਦਾ ਹਾਕੀ ਦੇ ਵਿੱਚ ਨਹੀਂ ਕਿੱਦਾਂ ਪਲੇਅਰ ਤੌਰ ਤੇ ਪਲੇਅਰ ਤੌਰ ਤੇ ਵੀ ਤੁਸੀਂ ਦੇਖ ਲਓ ਵੀ ਇੱਕ ਸਟਿੱਕ ਘੱਟੋ ਘੱਟ ਜਿਹੜੀ ਕੰਪੋਜ਼ਿਟ ਦੀ ਕਹਿ ਦਿੰਦੇ ਆ 2000 ਤੋਂ ਸਟਾਰਟ ਹੁੰਦੀ ਹੈ ਪਾੜੀ 20-25 ਹਜ਼ਾਰ ਤੱਕ ਪਈ ਆ ਬਾਕੀ ਬੂਟ ਬਾਟ ਜਿਹੜੇ ਮੰਨ ਲਓ ਵੀ ਤਕਰੀਬਨ ਮਾੜੇ ਜਾਣੀ ਕਿ ਕਹਿ ਦਈਏ ਵੀ ਜੇ ਆਪਾਂ ਸਟਾਰਟਿੰਗ ਵੀ ਕਰਨੀ ਹੈ 2-3 ਹਜ਼ਾਰ ਰੁਪਏ ਤੋਂ ਹੋਊਗੀ ਅੱਛਾ ਪਲੇਅਰ ਮਤਲਬ ਬਹੁਤ ਖਰਚੇ ਨਾਲ ਬਣਦਾ ਇਹ ਪਲੇਅਰ ਹਾਂਜੀ ਇਹ ਖਰਚਾ ਮਤਲਬ ਇੰਨਾ ਪੈਸਾ ਫਿਰ ਵੀ ਇਹਨਾਂ ਤੇ ਕਿੱਥੋਂ ਆਉਂਦਾ ਮੈਂ NRI ਸਹਿਯੋਗ ਕਰਦੇ ਹਾਂਜੀ NRI ਜਿਵੇਂ ਸਾਡਾ ਦੇਸ਼ਭਗ ਸਪੋਰਟਸ ਕਲੱਬ ਆ ਹਨਾ ਅੱਛਾ ਅੱਛਾ ਉਹਨਾਂ ਰਾਹੀਂ NRI ਜਿੰਨੇ ਵੀ ਪਲੇਅਰ ਨੇ ਜਾਂ ਖੇਡ ਪ੍ਰੇਮੀ ਨੇ ਪਿੰਡ ਦੇ ਜਾਂ ਇਲਾਕੇ ਦੇ ਉਹ ਸਾਰਾ ਸਹਿਯੋਗ ਕਰਦੇ ਸਨ ਚਲੋ ਬਹੁਤ ਵਧੀਆ ਗੱਲ ਆ ਵੀ ਹੋਰ ਕੋਈ ਨਵੀਂ ਚੀਜ਼ ਕਹਿਣੀ ਹੁਣ ਚਾਹੁੰਦੇ ਹੋਵੋ ਤੁਸੀਂ ਕੋਈ NRI ਵਾਸਤੇ ਕਹਿਣਾ ਚਾਹੁੰਦੇ ਹੋ ਕੋਈ ਸਹਿਯੋਗ ਲਈ ਹਾਂਜੀ NRI ਵਾਸਤੇ ਤਾਂ ਇੰਨਾ ਹੀ ਆ ਵੀ ਉਹ ਪਹਿਲਾਂ ਇੱਥੋਂ ਹੀ ਗਏ ਨੇ ਖੇਡ ਕੇ ਹਾਂ ਤੇ ਜਿੰਨੇ ਵੀ NRI ਸਾਡੇ ਵੀਰ ਨੇ ਜ਼ਰੂਰ ਜਾਨੀ ਕਿ ਜਿੰਨੀਆਂ ਵੀ ਖੇਡਾਂ ਕੋਈ ਵੀ ਖੇਡ ਆ ਉਹਨਾਂ ਨੂੰ ਜ਼ਰੂਰ ਸਹਿਯੋਗ ਕਰਿਆ ਕਰੋ ਥੋੜੇ ਤੋਂ ਥੋੜੇ ਕਿਸੇ ਵੀ ਪਿੰਡ ਦੇ ਵਿੱਚ ਹੋਵੇ ਕਿਸੇ ਵੀ ਪਿੰਡ ਚ ਹੋਵੇ ਕੋਈ ਵੀ ਖੇਡ ਜ਼ਰੂਰੀ ਆ ਇਹ ਚੀਜ਼ਾਂ ਜੇ ਆਪਾਂ ਨਾਲ ਜੁੜਾਂਗੇ ਤਾਂ ਇੱਥੋਂ ਦੇ ਜੋ ਨੌਜਵਾਨ ਆਪਾਂ ਇਸ ਏਰੀਆ ਦੇ ਹੋਰ ਬੱਚੇ ਦੇਖਣ ਵੀ ਆਉਂਦੇ ਆ ਕਿਸੇ ਨੂੰ ਮੋਟੀਵੇਸ਼ਨ ਮਿਲੂਗੀ ਕੋਈ ਖੇਡਣ ਲੱਗੂਗਾ ਹਨਾ ਮੈਂ ਕਹਿੰਦਾ ਮੋਗੇ ਡਿਸਟ੍ਰਿਕਟ ਦੇ ਵਿੱਚ ਪਹਿਲੀ ਵਾਰ ਇਹ ਮੋਗੇ ਡਿਸਟ੍ਰਿਕਟ ਦੀ ਪਹਿਲੀ ਇਹ ਜੇ ਮੈਂ ਗਲਤ ਨਾ ਹਾਂ ਪਿੰਡ 'ਚ ਵੀ ਪਹਿਲੀ ਹੋਈ ਹੈ ਪਿੰਡ 'ਚ ਵੀ ਪਹਿਲੀ ਹੈ ਪਹਿਲੀ ਵਾਰ ਜਾਂ ਲੱਗੀ ਆ ਪਿੰਡ 'ਚ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਤਕਰੀਬਨ ਹੈਗੀ ਆ ਮੋਗੇ ਜ਼ਿਲ੍ਹੇ ਦੇ ਵਿੱਚ ਪਹਿਲੀ ਆ ਇਹ ਏਰੀਆ ਦੇ ਵਿੱਚ ਤਕਰੀਬਨ ਆਪਣੇ 10 ਤੋਂ 12 ਪਿੰਡ ਮੋਗੇ ਜ਼ਿਲ੍ਹੇ ਦੇ ਖੇਡਦੇ ਨੇ ਜਿਵੇਂ ਤਖਾਣਵੱਧ ਬਹੁਤ ਵੱਡੇ ਲੋਕੋ ਇਦਾਂ ਸਾਰਿਆਂ ਨੂੰ ਵੀ ਸਹਿਯੋਗ ਹੈ ਹਾਂ ਬਹੁਤ ਵੱਡਾ ਸਹਿਯੋਗ ਕਿਉਂਕਿ ਗਾਂ ਨੂੰ ਹਾਕੀ ਦਾ ਪ੍ਰਮੋਟ ਹੋ ਸਕਦਾ ਪ੍ਰਮੋਟ ਇਦਾਂ ਹੀ ਆ ਨਾ ਕਿਉਂਕਿ ਆਪਣੇ ਕੋਲੇ ਇਹ ਚੀਜ਼ ਦੀ ਕਮੀ ਸੀਗੀ ਪਲੇਅਰ ਇੱਥੇ ਨਿਕਲਦਾ ਹੁੰਦਾ ਵਾ ਜ਼ਿਆਦਾਤਰ ਟਰਫ ਤੋਂ ਜਾਂ ਹਨਾ ਗਰਾਸ ਵੀ ਹੈਗੇ ਆ ਗਰਾਊਂਡ ਤੋਂ ਆਪਣੇ ਕੋਲੇ ਉਧਰ ਸਕੂਲ ਵਾਲੀ ਜਗ੍ਹਾ ਵਾਲੀ ਜਗ੍ਹਾ 'ਚ ਤੇ ਬਸ ਇੰਨਾ ਕੀ ਆ ਵੀ ਬਈ ਇਹਦੇ ਨਾਲ ਬਹੁਤ ਵਧੀਆ ਸਾਨੂੰ ਫਾਇਦਾ ਬਹੁਤ ਜ਼ਿਆਦਾ ਫਾਇਦਾ ਕੋਈ ਕਹਿ ਨਹੀਂ ਸਕਦੇ ਵੀ ਇੰਨਾ ਫਾਇਦਾ ਦਰਸ਼ਕਾਂ ਨੂੰ ਕਹਿ ਦਿਓ ਕਿ ਸ਼ੇਅਰ ਫੋਲੋ ਹਾਂਜੀ ਹਾਂਜੀ ਜ਼ਰੂਰ ਬਾਈ ਆਪਣਾ ਹਨਾ ਜੱਗੀ ਖਾਈ ਵਾਲਾ ਤੇ ਜ਼ਰੂਰ ਆਪਣਾ ਜਿਹੜਾ ਵੀ ਵੀਡੀਓ ਵਗੈਰਾ ਬਾਈ ਬਹੁਤ ਵਧੀਆ ਪਾਉਂਦਾ ਹੁੰਦਾ ਤੇ ਸ਼ੇਅਰ ਕਰਿਓ ਧੰਨਵਾਦ ਧੰਨਵਾਦ ਸਤਿ ਸ਼੍ਰੀ ਅਕਾਲ ਜੀ।